ਅੱਜ ਫਿਲੌਰ ਦੇ ਵਾਰਡ ਨੰਬਰ 3 ਵਿੱਚ ਸਿਵਲ ਹਸਪੀਟਲ ਫਿਲੌਰ ਦੀ ਟੀਮ ਵੱਲੋਂ 90 ਦੇ ਕਰੀਬ ਕਰੋਨਾ ਮਹਾਮਾਰੀ ਦੀ ਵੈਕਸੀਨ ਲਗਾਈ ਗਈ। ਇਸ ਮੌਕੇ ਤੇ ਵਾਰਡ ਨੰਬਰ 3 ਦੀ ਕੌਂਸਲਰ ਨੇਹਾ ਪੰਮਾ ਨੇ ਵੈਕਸੀਨ ਲਗਵਾਈ ਅਤੇ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਅਪੀਲ ਕੀਤੀ। ਇਸ ਮੌਕੇ ਤੇ ਅਮਿਤ ਪੰਮਾ, ਵਨੀਤ ਪੰਮਾ, ਸੋਨੂ ਪੰਮਾ ਆਦਿ ਹਾਜ਼ਰ ਸਨ। ਪੀ ਨਿਊਜ਼ 30 ਤੋਂ ਨਵੀਂ ਪਟਵਾਲੀਆ ਦੇ ਨਾਲ ਵਿਕਾਸ ਫਿਲੌਰ ਦੀ ਖਾਸ ਰਿਪੋਰਟ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲੋ। वार्ड नंबर 3 विच वैक्सीन लगी है करोना करके जिहड़ा महामारी फैली हुई है वो करके अज साडे वार्ड नंबर 3 कैंप लगा है जिहदे विच 90 डोज लग चुकी है। बस सब नूं यही कहना चाहनी है कि ज़्यादा तो ज़्यादा वैक्सीन लगाउण ताकि साडा देश करोना मुक्त हो सके।